ਜੁਲਾਈ ਦੇ ਜੀ ਕਹਿੰਦੇ ਕਾਲਾ ਹਫ਼ਤਾ ਮਨਾਇਆ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੇ ਅੱਜ ਕੱਲ੍ਹ ਜਿਹੜਾ ਪੰਜਾਬ ਹੈ ਨਸ਼ੇ ਦੀ ਪੂਰੀ ਤਰ੍ਹਾਂ ਆ ਚੁੱਕੀ। ਮੈਂ ਇਹ ਗੱਲ ਬੜੀ ਬਿਆਚੇਤਨ ਹੋ ਕੇ ਕਹਿ ਰਿਹਾ ਕਿ ਜਿਹੜਾ ਇਹ ਹਫ਼ਤਾ ਮਨਾਇਆ ਜਾ ਰਿਹਾ ਵਾ ਇਹ ਸਾਨੂੰ ਬਹੁਤ ਪਹਿਲਾਂ ਮਨਾ ਲੈਣਾ ਚਾਹੀਦਾ ਸੀ, ਪਰ ਜਦੋਂ ਵੀ ਲੋਕ ਸੁਚੇਤ ਹੁੰਦੇ ਆ ਉਹਨੂੰ ਜੀਣਾ ਕਹਿਣਾ ਚਾਹੀਦਾ ਹੈ। ਸਾਡੇ ਪੰਜਾਬ ਦੇ ਲੋਕ ਸੁਚੇਤ ਹੋਏ ਨੇ ਕਿ ਨਸ਼ੇ ਨੇ ਸਾਡਾ ਪੰਜਾਬ ਬਰਬਾਦ ਕਰਤਾ, ਔਰ ਨਸ਼ੇ ਦੇ ਨਾਲ ਜਿਹੜੀਆਂ ਦੂਸਰੀਆਂ ਅਲਾਮਤਾਂ ਨੇ ਉਹਨਾਂ ਸਾਰੀਆਂ ਅਲਾਮਤਾਂ ਨੇ ਰਲ ਕੇ ਪੰਜਾਬ ਨੂੰ ਹੁਣ ਇੱਕ ਅਪਾਹਜ ਕਰ ਦਿੱਤਾ ਹੋਇਆ ਹਰ ਪੱਖ ਤੋਂ ਕਿ ਸਾਡੇ ਜਿਹੜੇ ਰਾਜਸੀ ਲੋਕ ਨੇ, ਸਾਡੇ ਧਾਰਮਿਕ ਨੇਤਾ ਨੇ, ਔਰ ਸਾਡੇ ਹੋਰ ਉਹ ਲੋਕ ਜਿਨ੍ਹਾਂ ਨੇ ਸਾਨੂੰ ਅਗਵਾਈ ਕਰਨੀ ਸੀ, ਅਗਵਾਈ ਕਰਨ ਦੀ ਥਾਂ 'ਤੇ ਸਾਨੂੰ ਹੋਰ ਉਹ ਇਸ ਦਲਦਲ ਵਿੱਚ ਧੱਕੀ ਜਾ ਰਹੇ ਨੇ। ਮੈਂ ਸਮਝਦਾ ਕਿ ਇਹ ਹਫ਼ਤਾ ਸਾਡਾ ਆਖਰੀ ਹਫ਼ਤਾ ਨਹੀਂ ਹੋਏਗਾ, ਸਾਡਾ ਹਫ਼ਤਾ ਪਹਿਲਾ ਹਫ਼ਤਾ ਵੈ। ਅਜੇ ਅਸੀਂ ਸਰਕਾਰਾਂ ਨੂੰ ਅਤੇ ਨਾਲ ਦੇ ਸਾਡੇ ਰਲੇ ਹੋਏ ਭੈਣਾਂ ਭਰਾਵਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਅਸੀਂ ਇਹ ਸ਼ੁਰੂਆਤ ਕਰ ਰਹੇ ਹਾਂ ਕਿ ਦੋਸਤੋ ਕਰੋ, ਲੜੋ ਜਾਂ ਮਰੋ, ਕਿਉਂਕਿ ਜੇ ਤੁਸੀਂ ਚੇਂਜ ਲਿਆਉਣੀ ਹੈ, ਸਮਾਜ ਬਦਲਣਾ ਹੈ, ਸਮਾਜ ਵਿੱਚ ਇੱਕ ਨਹੀਂ ਦੋ ਨਹੀਂ ਕਈ ਸੈਂਕੜੇ ਪਰਤਾਂ ਨੇ ਜਿਹੜੀਆਂ ਗਲੀਆਂ ਹੋਈਆਂ ਨੇ, ਔਰ ਉਹਨਾਂ ਗਲੀਆਂ ਪਰਤਾਂ ਨੂੰ ਜੇ ਸਿਹਤਮੰਦ ਕਰਨਾ ਹੈ ਤਾਂ ਆਓ ਭੈਣੋ ਅਤੇ ਭਰਾਓ, ਛੋਟੇ ਬੱਚਿਓ, ਮੇਰੀਆਂ ਮਾਤਾਓ, ਮੇਰੇ ਬਜ਼ੁਰਗੋ, ਆਪਾਂ ਸਾਰੇ ਰਲ ਕੇ ਇੱਕ ਰਾਹ ਦੇ ਉੱਤੇ ਤੁਰੀਏ ਅਤੇ ਆਪਾਂ ਮੰਜ਼ਿਲ ਨੂੰ ਪ੍ਰਾਪਤ ਕਰੀਏ। ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਲਖਵੀਰ ਸਿੰਘ ਹੈ ਜੀ, ਮੈਂ ਇੱਕ ਅਧਿਆਪਕ ਵਜੋਂ ਕੰਮ ਕਰਦਾ। ਕੀ ਕਹਿਣਾ ਚਾਹੋਗੇ ਜਿਹੜਾ ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫ਼ਤਾ ਪੰਜਾਬ ਦੇ ਵਿੱਚ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਮਨਾਇਆ? ਮੈਂ ਸਮਝਦਾ ਕਿ ਸ਼ੁਭ ਸੰਕੇਤ ਹੈ, ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਜਿਹੜਾ ਚੇਤਨ ਹਿੱਸਾ ਉਸ ਹਿੱਸੇ ਨੇ ਗੱਲ ਨੂੰ ਮਹਿਸੂਸ ਕੀਤਾ ਕਿ ਪੰਜਾਬ ਦੀ ਜਵਾਨੀ ਬਹੁਤ ਬੁਰੀ ਤਰ੍ਹਾਂ ਨਸ਼ਿਆਂ ਦੀ ਗ੍ਰਿਫਤ 'ਚ ਆ ਚੁੱਕੀ ਹੈ ਅਤੇ ਇਹਦੇ ਬਹੁਤ ਖਤਰਨਾਕ ਅਤੇ ਭਿਆਨਕ ਨਤੀਜੇ ਜਿਹੜੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਰਹੇ ਹੈ, ਔਰ ਉਹਨਾਂ ਨਤੀਜਿਆਂ ਨੂੰ ਉਹਨਾਂ ਨਤੀਜਿਆਂ ਤੋਂ ਸੁਚੇਤ ਹੋ ਕੇ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਤਹੀਆ ਕੀਤਾ ਕਿ 1 ਜੁਲਾਈ ਤੋਂ 7 ਜੁਲਾਈ ਤੱਕ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਕਾਲਾ ਹਫ਼ਤਾ ਮਨਾਇਆ ਜਾਵੇ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੰਜਾਬ ਦੇ ਲੋਕ ਵੱਖ ਵੱਖ ਸਰਕਾਰਾਂ ਵੰਨੀ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੂੰਹ ਵੱਲ ਦੇਖ ਰਹੇ ਸਨ ਕਿ ਉਹ ਨਸ਼ਿਆਂ ਨੂੰ ਨੱਥ ਜਾਂ ਨਕੇਲ ਪਾਉਣਗੇ, ਪਰੰਤੂ ਪਿਛਲਾ ਲਗਭਗ 1.25 ਸਾਲ ਦਾ ਜੇ ਕੈਪਟਨ ਸਰਕਾਰ ਦਾ ਲੇਖਾ ਜੋਖਾ ਕਰਨਾ ਹੋਵੇ ਤਾਂ ਇਹ ਸਰਕਾਰ ਨੇ ਪੰਜਾਬ ਦੇ ਵਿੱਚ, ਪੰਜਾਬ ਦੇ ਮੁੱਖ ਮੰਤਰੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਨੂੰ ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ, ਪਰੰਤੂ ਪੰਜਾਬ ਦੇ ਵਿੱਚ ਨਸ਼ਾ ਉਵੇਂ ਬਾਦਸਤੂਰ ਚਾਲੂ ਹੈ।